Assalamualaikum. ਕੀ ਹਾਲ ਚਾਲ ਨੇ ਜੀ ਸਾਰਿਆਂ ਦੋਸਤਾਂ ਦਾ? ਉਮੀਦ ਕਰਦਾ ਜੀ ਸਾਰੇ ਦੋਸਤ ਖੈਰੀਅਤ ਨਾਲ ਹੋਣਗੇ. ਅੱਲਾਹ ਤਾਲਾ ਦੇ ਕਰਮ ਫਜ਼ਲ ਅਤੇ ਸ਼ੁਕਰ ਦੇ ਨਾਲ ਅੱਜ ਦਾ ਵਲੋਗ ਕਰਦੇ ਜੀ ਸ਼ੁਰੂ. ਜਿਵੇਂ ਕਿ ਅੱਜ ਜੀ ਈਦ ਦਾ ਦੂਸਰਾ ਦਿਨ ਨੇ, ਮੈਂ ਤਾਂ ਜਾ ਰਿਹਾ ਜੀ ਸ਼ਹਿਰ ਸੀ ਅੱਜ, ਅਤੇ ਅੱਜ ਉਹ ਸਾਡੇ ਕੋਈ ਨਾਨਕੇ, ਅਤੇ ਚੱਲਦੇ ਜੀ. ਲਓ ਜੀ ਭਾਈ ਸਾਹਿਬ, ਇਹ ਸਾਡਾ ਡਰਾਈਵਰ ਜਾ ਰਿਹਾ ਲੇਜ਼ਰ ਲੈ ਕੇ. ਸ਼ਾਇਦ ਇਹਨੂੰ ਮੈਨੂੰ ਲੱਗਦਾ ਕੰਮ ਲੱਭ ਗਿਆ ਲੇਜ਼ਰ ਦਾ. ਲਓ ਜੀ ਭਾਈ ਸਾਹਿਬ, ਇੱਕ ਬੈਕਰੀ 'ਚੋਂ ਲੈਣਾ ਕੋਈ ਸਮਾਨ, ਉਹ ਲੈਂਦੇ ਹਾਂ. ਲਓ ਜੀ ਭਾਈ ਸਾਹਿਬ, ਸਮਾਨ ਲੈ ਲਿਆ, ਚੱਲਦੇ ਜੀ ਮਤਲਬ ਦੀ ਤਰਫ, ਉੱਥੋਂ ਉਹਨਾਂ ਨੂੰ ਲੈ ਕੇ ਚੱਲਦੇ ਜੀ ਘਰ. ਤਾਂ ਲਓ ਜੀ ਬਾਈ ਸਾਹਿਬ, ਮੈਂ ਥੋੜ੍ਹਾ ਦੇ ਘਰ 'ਤੇ, ਇਹਨਾਂ ਦੀ ਛੱਤ 'ਤੇ ਨਾ ਬਾਈ ਬੀਜੀ ਹੈ ਸਬਜ਼ੀ. ਇਹ ਦੇਖੋ, ਇਹ ਡਿਸਪੋਜ਼ੀਬਲ ਗਲਾਸ ਨੇ, ਅਤੇ ਉਹਨਾਂ ਨੂੰ ਵੀ ਲਾਇਆ ਨਹੀਂ ਹੋਣ ਦਿੱਤਾ, ਅਤੇ ਉਹਦੇ ਵਿੱਚ ਹੀ ਉਹਨਾਂ ਵੇਖ ਲਓ ਬੀਜ ਲਾ ਕੇ ਅਤੇ ਸਬਜ਼ੀ ਬੀਜੀ. ਇਹ ਕੋਈ ਚੀਜ਼ ਉਹਨਾਂ ਘਰ ਬੀਜੀ ਹੈ, ਅਤੇ ਇਹਨਾਂ ਸਪੈਸ਼ਲ ਔਨਲਾਈਨ ਖਾਦ ਮੰਗਵਾਈ ਹੈ, ਅਤੇ ਉਹ ਪਾਈ ਹੈ, ਅਤੇ ਉਹਦੇ ਨਾਲ ਨਾ ਪੌਦੇ ਜਲਦੀ ਗਰੋਥ ਕਰਨ ਦੀ, ਇਹਨਾਂ ਦੇ ਨਾ ਬਹੁਤ ਫਰਕ ਪਿਆ ਉਹਦੇ ਨਾਲ ਨਾ. ਦੇਖੋ ਤੁਸੀਂ ਜ਼ਰਾ ਕੈਸਾ ਉਹਨਾਂ ਦਾ ਮਾਇੰਡ, ਉਹਨਾਂ ਡਿਸਪੋਜ਼ੀਬਲ ਗਲਾਸ ਨੂੰ ਹੀ ਨਹੀਂ ਜ਼ਾਇਆ ਹੋਣ ਦਿੱਤਾ. ਅੱਗੇ ਮੈਂ ਤੁਹਾਨੂੰ ਹੋਰ ਚੀਜ਼ ਵੀ ਦਿਖਾਉਣਾ. ਇਹ ਦੇਖੋ, ਇਹਨਾਂ ਉੱਤੇ ਕੱਪੜਾ ਦਿੱਤਾ ਹੈ ਕਿ ਜ਼ਿਆਦਾ ਧੁੱਪ ਨਾ ਖਰਾਬ ਨਾ ਹੋਣ. ਇਹ ਜੀ, ਇਹ ਕਿੰਨੂ ਜਿਹੜਾ ਔਰੇਂਜ ਹੁੰਦਾ ਨਾ ਕਿੰਨੂ ਮਾਲਟਾ, ਉਹਦੀ ਟੋਕਰੀ, ਅਤੇ ਉਹਦੇ ਵਿੱਚ ਉਹਨਾਂ ਅਖਬਾਰ ਗੰਦ ਲਾਈ. ਅਤੇ ਇੱਧਰ ਇਹ ਜੀ ਫਰਿੱਜ ਨਹੀਂ, ਫਰਿੱਜ ਦਾ ਥੱਲਾ ਡੱਬਾ, ਥੱਲਾ ਜਿਹੜਾ ਖਾਨਾ ਹੁੰਦਾ ਉਹਦਾ ਇਹ ਡੱਬਾ, ਉਹਦੇ ਵਿੱਚ ਉਹਨਾਂ ਲਾਈਆਂ ਨਾ ਮਿਰਚਾਂ. ਇਹ ਚੈੱਕ ਕਰੋ, ਇਹ ਮਿਰਚ ਨਾਲ ਲੱਗੀ ਵੀ ਇੱਕ ਇਹ ਛੋਟੀ ਜੀ, ਦੋ ਇਹ ਵੀ ਛੋਟੀਆਂ ਛੋਟੀਆਂ ਹਾਲੇ ਲੱਗਣ ਦੀਆਂ, ਨਾਲੇ ਫੁੱਲ ਲੱਗੇ ਨੇ. ਦੇਖੋ ਕੈਸਾ ਮਾਇੰਡ ਇਹਨਾਂ ਦਾ, ਵੇਖ ਲਓ ਕਿਸੇ ਚੀਜ਼ ਨੂੰ ਨਜ਼ਾਇਆ ਨਹੀਂ ਹੁੰਦੀ. ਤਾਂ ਇਹ ਡਿਸਪੋਜ਼ੀਬਲ, ਇਹ ਵੀ ਡਿਸਪੋਜ਼ੀਬਲ ਜਿਹੜੇ ਨਾ ਆਈਸਕ੍ਰੀਮ ਵਾਸਤੇ ਸ਼ਾਇਦ, ਜਾਂ ਉਹ ਕੋਈ ਕਿਸੇ ਨਾ ਕਿਸੇ ਚੀਜ਼ ਵਾਸਤੇ ਇਸਤੇਮਾਲ ਹੁੰਦੇ ਡਿਸਪੋਜ਼ੀਬਲ ਹੀ, ਉਹਨਾਂ ਨੂੰ ਉਹਨਾਂ ਜ਼ਾਇਆ ਨਹੀਂ ਹੁੰਦੀ. ਤਾਂ ਮਿੱਟੀ ਪਾਈ, ਉਦੋਂ ਵੀ ਕੋਈ ਚੀਜ਼ ਉਹਨਾਂ ਲਾਈ ਸੀ, ਅਤੇ ਉਹ ਤਰ੍ਹਾਂ ਨਾ ਪਿਛਲੇ ਪਾਸੇ ਡਿੱਗ ਪਿਆ. ਇੱਧਰ ਤਾਂ ਸਾਨੂੰ ਦਿਖਾਉਂਦਾ ਵਾ, ਹੋਰ ਵੀ ਲੱਗੀ ਇੱਧਰ, ਹੋਰ ਵੀ ਸਬਜ਼ੀ ਜ਼ਰਾ ਨਾ ਬੀਜੀ. ਇਹ ਦੇਖੋ, ਇਹ ਟਮਾਟਰਾਂ ਦੀ ਪਨੀਰੀ ਉਹਨਾਂ ਲਾਈ, ਡੱਬਾ ਜਿਹਾ ਲਿਆਂਦਾ ਇਹ ਜੀ ਟੋਕਰੀ ਉਹਦੇ ਵਿੱਚ. ਇਹ ਦੇਖੋ, ਇਹਨਾਂ ਟਮਾਟਰ ਬੀਜੇ ਨੇ, ਇਹ ਟਮਾਟਰ ਨਾਲ ਉੱਗੇ ਵੀ ਹੋਏ ਨੇ. ਇਹ ਦੇਖੋ ਕਿੱਡੇ ਕਿੱਡੇ ਵੱਡੇ ਟਮਾਟਰ ਹੋਏ ਨੇ, ਹਾਲੇ ਲਾਲ ਨਹੀਂ ਹੋਏ ਵੈਸੇ. ਇਹ ਦੇਖੋ, ਇਹ ਅੰਬਾਂ ਦੀਆਂ ਪੇਟੀਆਂ ਨੇ, ਅਤੇ ਉਹਨਾਂ ਨੂੰ ਉਹਨਾਂ ਜ਼ਾਇਆ ਨਹੀਂ ਕੀਤਾ, ਉਹਦੇ ਵਿੱਚ ਹੀ ਉਹਨਾਂ ਸਬਜ਼ੀ ਬੀਜੀ. ਐ ਨਹੀਂ ਸਰ, ਪੁੱਪੋ ਇੰਜੀਨੀਅਰ ਸਾਡੀ. ਇਹ ਦੇਖੋ ਜੀ, ਇਹ ਟੋਕਰੀ ਹੈ, ਅਤੇ ਇਹਦੇ ਵਿੱਚ ਉਹਨਾਂ ਮਿੱਟੀ ਛਿੱਟੀ ਪਾ ਕੇ, ਅਤੇ ਇਹਦੇ ਵਿੱਚ ਉਹ ਫੁੱਲ ਜੇ ਲਾਏ ਨਾ, ਦੇਖੋ ਫੁੱਲ ਵੀ ਲੱਗਾ ਨਾਲ. ਇਹਨਾਂ ਦੀ ਇਹ ਗੱਲ ਹੈ ਕਿ ਇਹਨਾਂ ਦੇ ਹੱਥ ਦੀ ਲੱਗੀ ਹੋਈ ਚੀਜ਼ ਜ਼ਰੂਰ ਹੁੰਦੀ ਹੈ, ਕੋਈ ਹੁੰਦਾ ਹੱਥ 'ਚ ਬਰਕਤ ਹੁੰਦੀ ਹੈ, ਅਤੇ ਉਹਨਾਂ ਨਾ ਲਾਜ਼ਮੀ ਚੀਜ਼ ਹੁੰਦੀ ਹੈ. ਇਹ ਦੇਖੋ, ਇਹ ਦੇਖੋ ਕਿੱਡਾ ਵੱਡਾ ਟਮਾਟਰ ਲੱਗਾ, ਲੇਕਿਨ ਸੁਰਖ ਨਹੀਂ ਹੋਇਆ ਹਾਲੇ. ਦੇਖੋ ਜ਼ਰਾ, ਤੁਹਾਨੂੰ ਪਰਲੇ ਪਾਸੇ ਮੈਂ ਦਿਖਾਉਂਦਾ ਵਾਂ. ਇਹ ਦੇਖੋ ਜੀ, ਇਹ ਪਾਲਕ ਲੱਗੀ, ਅਤੇ ਪਾਲਕ ਜਿਹੜੀ ਹੈ ਉਹ ਹੁਣ ਸਮਝੋ ਕਿ ਇਹਦਾ ਬੀਜ ਤਿਆਰ ਹੋ ਰਿਹਾ ਪਾਲਕ ਦਾ ਨਾ, ਅੱਗੋਂ ਸਮਝੋ ਕਿ ਬੀਜ ਵੀ ਉਹਨਾਂ ਘਰ ਹੀ ਤਿਆਰ ਕਰ ਰਹੇ ਨੇ, ਸਮਝੋ ਕਿ ਬਾਹਰੋਂ ਬੀਜ ਵੀ ਨਹੀਂ ਲੈ ਕੇ ਆਉਣਾ. ਚੈੱਕ ਕਰੋ ਜ਼ਰਾ ਤੁਸੀਂ, ਇਹ ਦੇਖੋ, ਇਹ ਜਿਹੜੀ ਨਾ ਫਰੂਟ ਵਾਲੀ ਪੇਟੀ ਹੈ, ਅਤੇ ਉਹਦੇ ਵਿੱਚ ਉਹਨਾਂ ਜੀ ਇਹ ਸਾਰੀ ਬੀਜੀ. ਇਹ ਦੇਖੋ, ਇਹ ਜੀ ਪਰਿੰਦਿਆਂ ਦੀ ਲਈ ਲਹਿਦਾ ਰੋਟੀ ਪੱਕਦੀ ਹੈ, ਅਤੇ ਫਿਰ ਉੱਤੇ ਉਹ ਰੱਖ ਕੇ ਗਏ ਨੇ ਉੱਪੋ, ਅਤੇ ਪਰਿੰਦਿਆਂ ਲਈ. ਇਹ ਜੀ ਅਬਦੁਲ ਹਾਦੀ, ਸੁਣਾਓ ਕੀ ਹਾਲ ਚਾਲ ਹੈ, ਠੀਕ ਹੋ? ਈਦ ਕੈਸੀ ਗੁਜ਼ਰੀ ਹੈ? ਅੱਛੀ. ਤੋ ਅਭੀ ਇਹ ਗਾਓਂ ਜਾਣੇ ਕੇ ਲੀਏ ਜੀ ਤਿਆਰ ਹੈ, ਤੋ ਅਭੀ ਚਲਤੇ ਹੈ ਜੀ ਗਾਓਂ. ਹੈ ਚਲੇ ਫਿਰ ਗਾਓਂ? ਹਾਂ ਚਲੇ ਚਲੇ. ਜਾਣਾ? ਚਲੋ ਆਓ ਚਲੀਏ ਫਿਰ. ਲਓ ਜੀ, ਤੁਸੀਂ ਸਾਡੇ ਫੁੱਫੋ ਦੀ ਕਾਸ਼ਤਕਾਰੀ ਵੇਖ ਲਈ ਹੈ, ਅਤੇ ਹੁਣ ਚੱਲਣੇ ਹੈ ਜੀ. ਇਹ ਤੁਹਾਨੂੰ ਆਈਡੀਆ ਦਿੱਤਾ ਜਾ ਰਿਹਾ ਕਿ ਤੁਸੀਂ ਵੀ ਆਪਣੇ ਇਹ ਬਹਾਨਾ ਨਹੀਂ ਬਣਾ ਸਕਦੇ ਕਿ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਤਾਂ ਕੋਈ ਚੀਜ਼ ਕਾਸ਼ਤ ਨਹੀਂ ਕਰ ਸਕਦੇ, ਰਾਮ ਸੁਣਨਾ ਹਰ ਚੀਜ਼ ਕਾਸ਼ਤ ਕਰ ਸਕਦੇ. ਇਹਨਾਂ ਥੱਲੇ ਗਮਲੇ ਵੀ ਰੱਖੇ ਨੇ,
ਇਹਨਾਂ ਦੇ ਵਿੱਚ ਮੁਖਤਲਿਫ ਫੁੱਲ ਲੱਗੇ ਨੇ ਔਰ ਨੀਚੇ ਵੀ ਸਬਜ਼ੀਆਂ ਹੈ ਨੀਚੇ ਵੀ ਆ ਸਬਜ਼ੀਆਂ ਵਾਹ ਚਲੋ ਥੱਲੇ ਜਾ ਕੇ ਦੇਖ ਲਿਆ ਲਓ ਜੀ ਇੱਥੇ ਵੀ ਆਹ ਦੇਖੋ ਜੀ ਪੌਦੇ ਇਹ ਅੱਛਾ ਦੇਖੋ ਜੀ ਹਾਂ ਲਓ ਦੇਖਣੇ ਹੈਗੇ ਇਹ ਦੇਖੋ ਇਹ ਤਾਂ ਨਹੀਂ ਹੈ ਇਹ ਵੀ ਤਾਂ ਨਹੀਂ ਹੈ ਹੈ ਨਾ ਬਾਹਰ ਪਤੀ ਨਾ ਕੰਮ ਲਗਾਇਆ ਬਾਹਰ ਬਾਹਰ ਵੀ ਕੁਛ ਚੀਜ਼ ਕੋਈ ਚੀਜ਼ ਲਗਾਈ ਹੋਈ ਹੈ ਇਹ ਦੇਖੋ ਜੀ ਇਹਨਾਂ ਘਰ ਦੇ ਬਾਹਰ ਵੀ ਕੁਛ ਪੌਦੇ ਲਗਾਏ ਨੇ ਅਤੇ ਕੁਛ ਇੱਥੇ ਘਰ ਦੇ ਬਾਹਰ ਤਾਂ ਪੌਦੇ ਲਗਾਏ ਨੇ ਇੱਥੇ ਇਸ ਨਹੀਂ ਲਗਾਉਂਦੇ ਕਿ ਇਹ ਬਾਹਰ ਜਿਹੜੇ ਨਾ ਮੁਹੱਲੇ ਵਾਲੇ ਬੱਚੇ ਉਹ ਨਹੀਂ ਛੱਡਦੇ ਕੋਈ ਚੀਜ਼ ਇਸ ਲਈ ਵੱਡੇ ਵੱਡੇ ਪੌਦੇ ਲਾਏ ਨੇ ਸਾਰਿਆਂ ਨਾਲ ਵੱਡਾ ਬੱਚਾ ਤਾਂ ਹੈ ਜਿਹੜਾ ਤੰਗ ਕਰਦਾ ਜਿਹੜਾ ਸਾਰੀਆਂ ਚੀਜ਼ਾਂ ਪੁੱਟ ਕੇ ਅਤੇ ਸਾਰੀਆਂ ਜ਼ਾਇਆ ਕਰ ਦਿੰਦਾ ਕਿਵੇਂ ਗੱਲ ਹੈ ਕਿ ਨਹੀਂ ਹੈ ਦੀ ਬਿਲਕੁਲ ਐਸਾ ਹੀ ਬਾਤ ਹੈ ਲਓ ਜੀ ਬਾਈ ਸਾਹਿਬ ਨਾਸ਼ਤੇ 'ਚ ਮਹਿਮਾਨਾਂ ਲਈ ਬਣਾਇਆ ਜੀ ਹਲਵਾ ਪੂੜੀ ਚਨੇ ਅਤੇ ਨਾਲ ਹੈ ਜੀ ਲੱਸੀ ਲਓ ਜੀ ਬਾਈ ਸਾਹਿਬ ਜਿਵੇਂ ਕਿ ਤੁਹਾਨੂੰ ਨਾਸ਼ਤੇ 'ਚ ਦਿਖਾਇਆ ਕਿ ਅਸਾਂ ਮਹਿਮਾਨਾਂ ਨੂੰ ਕੀ ਸਰਵ ਕੀਤਾ ਹੁਣ ਹੈ ਜੀ ਲੰਚ ਦਾ ਟਾਈਮ ਅਤੇ ਇਹ ਜੀ ਅਸਾਂ ਨਾਲੇ ਬਣਾਇਆ ਪਲਾਓ ਅਤੇ ਇਹ ਰਿਹਾ ਜੀ ਮਟਨ ਇਹ ਰਹੇ ਜੀ ਰਾਇਤਾ ਅਤੇ ਸ਼ਾਮੀ ਅਤੇ ਇਹ ਰਹੇ ਜੀ ਸਲਾਦ ਅਤੇ ਜੀ ਸਾਰਿਆਂ ਨਾਲ ਮੇਨ ਚੀਜ਼ ਤਾਂ ਰਹਿ ਗਈ ਹੈ ਸਾਡੇ ਅੰਮਾ ਹਜ਼ੂਰ ਦੇ ਹੱਥ ਦੀਆਂ ਗੋਲ ਗੋਲ ਤੰਦੂਰ ਦੀਆਂ ਰੋਟੀਆਂ ਜੈਸਾ ਕਿ ਤੁਹਾਨੂੰ ਪਤਾ ਗਰਮੀ ਚੱਲ ਰਹੀ ਹੈ ਅਤੇ ਗਰਮੀ 'ਚ ਜਿਹੜੀ ਤੰਦੂਰ ਦੀ ਰੋਟੀ ਉਹ ਹੁੰਦੀ ਠੰਡੀ ਅਤੇ ਗਰਮੀਆਂ 'ਚ ਬਹੁਤ ਮਜ਼ਾ ਹੁੰਦਾ ਤੰਦੂਰ ਦੀ ਰੋਟੀ ਦਾ ਅਤੇ ਮਿੱਠੇ 'ਚ ਜੀ ਖੀਰ ਇਹ ਦੇਖੋ ਜੀ ਖੀਰ ਲਜ਼ੀਜ਼ਾ ਖੀਰ ਬਣਾਈ ਹੈ ਅਤੇ ਭਾਈ ਸਾਹਿਬ ਮੈਂ ਆਇਆ ਅਸਾਂ ਸ਼ਹਿਰ ਫੋਰਨ ਛੱਡਣ ਅਤੇ ਜਿਵੇਂ ਕਿ ਅੱਜ ਦੂਸਰਾ ਦਿਨ ਸੀ ਇੱਦਾਂ ਅਤੇ ਅੱਜ ਦਾ ਵਲੋਗ ਤਾਂ ਇੱਥੇ ਕਰਨੇ ਦੀ ਐਂਡ ਇਨ ਸ਼ਾਅੱਲਾ ਅਗਲੇ ਵਲੋਗ 'ਚ ਮਿਲਦੇ ਹਾਂ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਆਪਣਾ ਖਿਆਲ ਰੱਖੋ ਮੈਨੂੰ ਦੁਆਵਾਂ ਯਾਦ ਰੱਖਿਓ ਅੱਲਾਹ ਹਾਫਿਜ਼